ਹਾਂਜੀ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੋ, ਕਿਸੇ ਨੇ ਕੋਠੀ ਲਈ ਸੀ ਜੀ, ਰੈਡੀਮੇਡ ਬਣੀ ਬਣਾਈ, ਅਤੇ ਉਹਦੇ ਵਿੱਚ ਬਲੋਗੇ ਦਾ ਕੇਸ ਆਇਆ ਸਾਡੇ ਕੋਲ, ਅਤੇ ਇਹਦੇ ਵਿੱਚ ਚਾਰ ਦੀ ਸਾਰੀ ਸੀਵਰ ਦੀ ਪਾਈਪ ਪਾਈ ਹੈ ਜਿਹਨੇ ਵੀ ਕੋਠੀ ਸੇਲ ਕੀਤੀ ਹੈ ਜੀ, ਜਿਹਦੇ ਕਰਕੇ ਵਿਚਕਾਰ ਕੋਈ ਹੋਡੀ ਵੀ ਦਿੱਤੀ, ਸਾਈਡ 'ਤੇ ਨਾ ਕੋਈ ਹੋਦੀ ਦਿੱਤੀ, ਜਿਹਦੇ ਕਰਕੇ ਬਹੁਤ ਜ਼ਿਆਦਾ ਬਲੋਗੇਜ ਬਣ ਗਈ। ਜਾ ਵੇਖੋ ਜੀ, ਪੂਰਾ ਪੈਪ ਚਾਰ ਦਾ ਭਰਿਆ ਪਿਆ ਸੀ ਗਾਰ ਦੇ ਨਾਲ, ਅਤੇ ਮੇਰਾ ਵੀ ਕਿੰਨੀ ਤੋੜ ਭੰਨ ਕਰਨੀ ਪਈ। ਅਤੇ ਮੇਰੀ ਤਾਂ ਇਹੋ ਬੇਨਤੀ ਹੈ ਕਿ ਪਹਿਲਾਂ ਚੰਗੀ ਤਰ੍ਹਾਂ ਇੱਕ ਵਾਰੀ ਦੇਖ ਲੈਣ ਕਿ 6 ਦੀ ਪੈਪ ਪਈ ਕਿ 4 ਦੀ ਪੈਪ ਪਈ, ਆਪਣਾ ਸੈਂਟਰੀ ਵਾਲਾ ਕੋਈ ਲੈ ਆ ਕੇ ਸਾਰੀ ਸੀਵਰੇਜ ਚੈੱਕ ਕਰਾਉਣ, ਠੀਕ ਹੈ। ਅਤੇ ਮੇਰੀ ਵੀਰ ਉਹੀ ਬੇਨਤੀ ਹੈਗੀ ਕਿ ਜੇ ਤੁਸੀਂ ਕੋਠੀ ਕੋਈ ਲੈਣੀ ਆ ਬਣੀ ਬਣਾਈ, ਅਤੇ ਪ੍ਰੋਪਰ ਉਹਦਾ ਪਹਿਲਾਂ ਦੇਖਿਆ ਜਾਵੇ ਕਿ 6 ਦੀ ਪੈਪ ਪਈ ਕਿ 4 ਦੀ ਪੈਪ ਪਈ, ਕਿਹੜੀਆਂ ਪੈਪਾਂ ਪਈਆਂ, ਕਿਸ ਕੰਪਨੀ ਦੀਆਂ, ਬਾਅਦ ਵਿੱਚ ਇਸ ਤਰੀਕੇ ਦਾ ਕੁੱਟ ਪਟੀਆ ਨਾ ਸਾਨੂੰ ਕਰਨਾ ਪਵੇ। ਥੋੜਾ ਖਾਲੀ ਕਰੋ ਕਿ ਜਗ੍ਹਾ ਬਣਨੀ ਪਾਣੀ ਦੀ। ਬੈਂਡ ਲੱਗੇ ਆ, ਨਹੀਂ ਚੱਲਦਾ ਪਈ। ਕੋਈ ਨਹੀਂ, ਆ ਗਿਆ ਠੇਕੇਦਾਰ, ਕੱਢ ਦੇਣਾ ਬੱਟ ਵੇਖਿਓ। ਠੇਕੇਦਾਰ ਨਹੀਂ ਕਰਨਾ ਸਭ ਕੁਝ, ਤੂੰ ਹੀ ਕਰਨਾ, ਤੈਨੂੰ ਬਣਾ ਦੇਣਾ ਕਾਰੀਗਰ ਮੈਂ। ਪਿੱਛੇ ਇੰਨਾ ਡਰਦਾ ਪਾਣੀ ਆਪੇ ਆਈ ਜਾਣ ਡਿਆ ਵੀਰੋ ਉਧਰੋਂ।